ਸਰਦਾਰ ਰਿਆਤੀ ਆ, ਪਹਿਲਾਂ ਜਦੋਂ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸੀ, ਅਸੀਂ 1947 ਵਿੱਚ ਜੋ ਪੰਜਾਬ ਦੀ ਵੰਡ ਵਿੱਚ ਲੋਕਾਂ ਨੂੰ ਮੁਸੀਬਤਾਂ ਝੱਲਣੀਆਂ ਪਈਆਂ ਉਸ ਬਾਰੇ ਗੱਲਬਾਤ ਕੀਤੀ ਸੀ। 1947 ਵਿੱਚ ਤੁਹਾਡੀ ਉਮਰ ਲਗਭਗ 16 ਸਾਲ ਦੀ ਸੀ, ਉਸ ਸਮੇਂ ਦਾ ਦੁੱਖ ਤੁਸੀਂ ਦੇਖਿਆ ਤੇ ਹੰਡਾਇਆ ਵੀ ਸੀ। ਉਸ ਤੋਂ ਬਾਅਦ ਤੁਸੀਂ ਯੁਗੰਡਾ ਗਏ ਆ, ਯੁਗੰਡਾ ਜਾਣ ਦਾ ਖਿਆਲ ਕਿਵੇਂ ਆਇਆ, ਕਿਸ ਤਰ੍ਹਾਂ ਸਬੱਬ ਬਣਿਆ ਉੱਥੇ ਜਾਣ ਦਾ? ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਸਾਰੀ ਦੇਸੀ ਰੇਡੀਓ ਸੁਣਨ ਵਾਲਿਆਂ ਨੂੰ ਆਫਟਰਨੂਨ, ਨਮਸਤੇ, ਸਲਾਮ ਅਲੈਕਮ। ਜਦੋਂ ਮੇਰੇ ਫਾਦਰ ਹੁਣੇ ਅਫਰੀਕਾ ਚਲ ਗਏ 1949 ਦੇ ਵਿੱਚ, ਉਹ ਕੈਨੀਆ 'ਚ ਗਏ ਸੀ, ਨੈਰੋਬੀ ਸ਼ਹਿਰ 'ਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ, ਨੌਕਰੀ ਸ਼ੁਰੂ ਕੀਤੀ। ਤੇ ਜਦੋਂ ਤੁਸੀਂ ਕੀਨੀਆ ਗਏ ਆ ਪੰਜਾਬ ਤੋਂ, ਤੁਸੀਂ ਕਿੱਦਾਂ ਗਏ ਸੀਗੇ, ਕਿਹੜੇ ਜਹਾਜ਼ ਵਿੱਚ ਗਏ ਸੀ? ਅਸੀਂ ਇੱਥੋਂ ਟ੍ਰੇਨ 'ਚ ਪਹਿਲਾਂ ਬੰਬੇ ਜਾਣਾ ਪੈਂਦਾ ਸੀ, 3 ਦਿਨ ਦਾ ਸਫ਼ਰ ਸੀ, ਉਸ ਤੋਂ ਬਾਅਦ ਫਿਰ 12 ਦਿਨ ਦਾ ਸਫ਼ਰ ਸਟੀਮਰ 'ਚ ਸੀਗਾ, ਪਾਣੀ ਵਾਲਾ ਜਹਾਜ਼। ਇੱਕ ਹੋਰ ਬੰਦਰਗਾਹ ਵੀ ਲੱਗਾ, ਸ਼ੀਸ਼ਲ ਆਈਲੈਂਡ ਸੀਗਾ, ਉੱਥੇ ਲੱਗਾ, ਉੱਥੇ ਸਟੋਪੇਜ ਸੀ ਉਹਦਾ 8 ਘੰਟੇ ਦਾ। ਉਸ ਤੋਂ ਬਾਅਦ ਫਿਰ ਅਸੀਂ ਮੁੰਬਾਸਾ, ਜਿਹੜੀ ਪੋਰਟ ਆ ਕੈਨੀਆ ਦੀ, ਉੱਥੇ ਉੱਤਰੇ। ਉੱਥੋਂ ਉੱਤਰ ਕੇ ਫਿਰ ਅਸੀਂ ਟ੍ਰੇਨ ਦੇ ਵਿੱਚ ਬੈਠ ਕੇ ਨੈਰੋਬੀ ਸ਼ਹਿਰ ਚੱਲ ਗਿਆ, ਉਹ 2 ਦਿਨ ਦਾ ਸਫ਼ਰ ਸੀ। ਜਦੋਂ ਤੁਸੀਂ ਉੱਥੇ ਪਹੁੰਚੇ ਪਹਿਲੀ ਵਾਰ, ਤੁਹਾਨੂੰ ਕਿੱਦਾਂ ਮਹਿਸੂਸ ਹੋਇਆ, ਉੱਥੇ ਦੇ ਲੋਕਾਂ ਦਾ ਕੀ ਰਵੱਈਆ ਸੀਗਾ? ਉੱਥੇ ਦੇ ਲੋਕ 51 ਦੇ ਵਿੱਚ ਤਾਂ ਮੈਂ ਦੇਖਿਆ ਵੀ ਕੰਮ ਕਰਦੇ ਸੀ, ਲੇਬਰ ਦਾ ਕੰਮ ਕਰਦੇ ਸੀ, ਸਾਰੇ ਪੜ੍ਹੇ ਲਿਖੇ ਥੋੜ੍ਹੇ ਸੀਗੇ। ਉਹ ਪੜ੍ਹਾਈ ਦੇ ਜਿਹੜੇ ਕੰਮ ਅਸੀਂ ਇੰਡੀਅਨ ਜ਼ਿਆਦਾ ਕਰਦੇ ਸੀ, ਫਿਰ ਗੋਰੇ ਜਿਹੜੇ ਸੀ ਉਹ ਸਾਡੇ ਅਫਸਰ ਸੀਗੇ, ਅਤੇ ਉਹ ਵੀ ਥੋੜ੍ਹਾ ਥੋੜ੍ਹਾ ਉਸ ਵੇਲੇ ਪੜ੍ਹਨਾ ਉਹਨੇ ਸ਼ੁਰੂ ਕਰ ਦਿੱਤਾ। ਤੁਸੀਂ ਕਿਹਾ ਗੋਰੇ ਉੱਥੇ ਦੇ ਅਫਸਰ ਸੀਗੇ, ਇਹਦਾ ਮਤਲਬ ਕਿ ਜਦੋਂ ਤੁਸੀਂ ਗਏ ਆ ਉਦੋਂ ਬ੍ਰਿਟਿਸ਼ ਦਾ ਰਾਜ ਸੀਗਾ? ਜਿਹੜੀ ਕੈਨੀਆ, ਯੁਗੰਡਾ, ਟੰਜ਼ਾਨੀਆ ਇਹ ਕਲੋਨੀ ਸੀ, ਉਹ ਪ੍ਰੋਟੈਕਟਰੇਟ ਸੀ, ਉਹ ਟੈਰੀਟਰੀ ਸੀ, ਉਹ ਤਿੰਨੇ ਮੁਲਕ ਬ੍ਰਿਟਿਸ਼ ਦੇ ਅੰਡਰ ਸੀਗਾ। ਪਹਿਲਾਂ ਮੈਂ ਨੋਬੀ ਗਿਆ, ਨੋਬੀ ਮੈਂ 6 ਮਹੀਨੇ ਰਿਹਾ ਸੀਗਾ, ਉਸ ਤੋਂ ਬਾਅਦ ਫਿਰ ਉੱਥੇ ਟ੍ਰੇਨਿੰਗ ਲਈ ਰੇਲਵੇ ਦੇ ਵਿੱਚ, ਅਤੇ ਉਹ ਟ੍ਰੇਨਿੰਗ ਤੋਂ ਬਾਅਦ ਮੇਰੀ ਜੋ ਟ੍ਰਾਂਸਫਰ ਸੀਗੀ, ਕੈਨੀਆ, ਯੁਗੰਡਾ, ਟੰਜ਼ਾਨੀਆ ਤਿੰਨੇ ਮੁਲਕ ਇਕੱਠੇ ਸੀਗੇ, ਅਤੇ ਮੇਰੀ ਟ੍ਰਾਂਸਫਰ ਕੰਪਾਲਾ ਸ਼ਹਿਰ ਯੁਗੰਡੇ 'ਚ ਜਿਹੜਾ ਕੈਪੀਟਲ ਸੀ ਉੱਥੇ ਹੋਈ। ਜਦੋਂ ਤੁਸੀਂ ਯੁਗੰਡਾ ਪਹੁੰਚੇ, ਉੱਥੇ ਦੇ ਜਿਹੜੇ ਲੋਕ ਆ ਉਹਨਾਂ ਦਾ ਰਵੱਈਆ ਕੀ ਸੀ, ਕੋਈ ਡਿਫਰੈਂਟ ਸੀਗਾ ਕੀਨੀਆ ਨਾਲੋਂ ਯੁਗੰਡਾ ਵਿੱਚ? ਹਾਂ, ਕੈਨੀਆ ਨਾਲ ਥੋੜ੍ਹੇ ਡਿਫਰੈਂਟ ਸੀਗਾ, ਥੋੜ੍ਹੇ ਜਿਹੇ ਪੜ੍ਹੇ ਵੀ ਸੀਗੇ, ਅੱਛੇ ਸੀਗੇ ਲੋਕ, ਕੈਨੀਆ ਨਾਲ ਬੜੇ ਮਿਲਣ ਵਾਲੇ ਸੀਗੇ। ਜਦੋਂ 1962 ਵਿੱਚ ਯੁਗੰਡਾ ਨੂੰ ਆਜ਼ਾਦੀ ਮਿਲੀ ਆ, ਉੱਥੇ ਦੀ ਸਰਕਾਰ ਦਾ ਪ੍ਰਾਈਮ ਮਿਨਿਸਟਰ ਕੌਣ ਬਣਿਆ? ਉੱਥੇ ਦੀ ਸਰਕਾਰ ਦੇ ਪ੍ਰਾਈਮ ਮਿਨਿਸਟਰ ਕੈਵਨੁਕਾ ਬਣਿਆ ਪਹਿਲਾਂ, ਉਸ ਤੋਂ ਬਾਅਦ ਫਿਰ ਮਿਲਟਨ ਅਬੋਟੇ ਦੀ ਪਾਰਟੀ ਆ ਗਈ, ਉਹ ਇਲੈਕਸ਼ਨ ਹੋਈ, ਇਲੈਕਸ਼ਨ 'ਚ ਉਹ ਜਿੱਤ ਗਿਆ। ਸੋ ਉੱਥੇ ਡੈਮੋਕ੍ਰੈਟਿਕਲੀ ਇਲੈਕਸ਼ਨ ਹੁੰਦੀ ਸੀ? ਇਲੈਕਸ਼ਨ ਉਸ ਵੇਲੇ ਸੀਗੀ, ਅਸੀਂ ਮੈਂ ਕਿਹਾ ਵੋਟਾਂ ਨਹੀਂ ਪਾਈਆਂ, ਕਿਉਂਕਿ ਉਹਨਾਂ ਦੀ ਆਪਸ ਵਿੱਚ ਹੀ ਇਲੈਕਸ਼ਨ ਸੀ। ਜਿਹੜੇ ਉੱਥੇ ਦੇ ਰਹਿਣ ਵਾਲੇ ਸੀ ਉਹੀ ਵੋਟਾਂ ਪਾ ਸਕਦੇ ਸੀ, ਵੋਟਾਂ ਪਾਈਆਂ। ਜਦੋਂ ਯੁਗੰਡਾ ਨੂੰ ਆਜ਼ਾਦੀ ਮਿਲ ਗਈ ਤੇ ਤੁਹਾਨੂੰ ਕਿਹੜੀ ਸਿਟੀਜ਼ਨਸ਼ਿਪ ਉੱਥੇ ਮਿਲੀ ਸੀਗੀ? ਨਹੀਂ, ਅਸੀਂ ਜਦੋਂ ਮੈਂ ਯੁਗੰਡੇ ਗਿਆ ਸੀ 52 ਦੇ ਵਿੱਚ, ਫਿਰ ਮੇਰੇ ਕੋਲ ਇੰਡੀਅਨ ਸਿਟੀਜ਼ਨ ਸੀਗੀ, 1955 ਦੇ ਵਿੱਚ ਬ੍ਰਿਟਿਸ਼ ਸਿਟੀਜ਼ਨ ਲੈ ਲਈ, ਅਤੇ ਫਿਰ ਮੈਂ ਬ੍ਰਿਟਿਸ਼ ਪਾਸਪੋਰਟ ਹੋ ਗਿਆ। ਅਤੇ ਜਦੋਂ ਆਜ਼ਾਦੀ ਮਿਲੀ 62 ਦੇ ਵਿੱਚ, ਅਤੇ ਜਿਹੜੀ ਪਾਸਪੋਰਟ ਮੇਰਾ ਸੀ ਉਹ ਬ੍ਰਿਟਿਸ਼ ਸੀਗਾ, ਅਤੇ ਉਹ ਬ੍ਰਿਟਿਸ਼ ਹੀ ਰਿਹਾ। ਇਲੈਕਸ਼ਨ ਜਦੋਂ ਹੋਈ ਆ, ਅਤੇ ਜਿਹੜੀ ਵੋਟ ਦਾ ਹੱਕ ਸੀ ਉਹ ਜਿਹੜੇ ਯੁਗੰਡੇ ਦੇ ਸਿਟੀਜ਼ਨ ਸੀ ਉਹਨਾਂ ਨੂੰ। ਸੋ ਜਦੋਂ ਮਿਲਟਨ ਅਬੋਟੇ ਤਾਕਤ ਵਿੱਚ ਆਇਆ ਯੁਗੰਡਾ ਦੇ ਵਿੱਚ, ਉਹ ਤੋਂ ਬਾਅਦ ਈਡੀ ਅਮੀਨ ਪਾਵਰ ਵਿੱਚ ਕਿੱਦਾਂ ਆਇਆ? ਈਡੀ ਅਮੀਨ ਇੱਦਾਂ ਆਇਆ ਪਾਵਰ 'ਚ ਜੀ, ਉਹ ਕਮਾਂਡਰ ਚੀਫ ਬਣ ਗਿਆ, ਉਹਨੂੰ ਸਾਰਾ ਪਤਾ ਸੀਗਾ ਮਿਲਟਰੀ ਦੇ ਬਾਰੇ ਸਾਰਾ। ਉਹ ਬੋਟੇ ਜਿਹੜਾ 1970 ਦੇ ਐਂਡ ਦੇ ਵਿੱਚ, ਦਸੰਬਰ ਦੇ ਵਿੱਚ ਸਿੰਗਾਪੁਰ ਕਾਮਨਵੈਲਥ ਕਾਨਫਰੰਸ ਸੀਗੀ, ਉੱਥੇ ਚਲਾ ਗਿਆ। ਉਹ ਜਦੋਂ ਆਇਆ ਜਨਵਰੀ 'ਚ, ਦੋ ਵੀਕ ਦੇ ਬਾਅਦ ਉੱਥੇ ਕਾਨਫਰੰਸ ਖਤਮ ਹੋਈ, ਅਤੇ ਜਦੋਂ ਉੱਥੋਂ ਚੱਲਿਆ, ਅਤੇ ਜਦੋਂ ਉਹ ਕਰਾਚੀ ਪਹੁੰਚਾ, ਜਹਾਜ਼ ਬਦਲਣਾ ਸੀ, ਕਰਾਚੀ ਤੋਂ ਆਉਣਾ ਸੀਗਾ ਨੈਰੋਬੀ, ਉੱਥੋਂ ਬਾਅਦ ਕੰਪਾਲੇ। ਲੇਕਿਨ ਜਦੋਂ ਕਰਾਚੀ ਪਹੁੰਚਾ, ਅਤੇ ਉਹ ਅਮੀਨ ਨੇ ਰਾਤੋਂ ਰਾਤ ਟੇਕ ਓਵਰ ਕਰ ਲਿਆ। ਮਿਲਟਰੀ ਉਹਦੇ ਅੰਡਰ ਸੀਗੀ, ਮਿਲਟਰੀ ਨੇ ਦਬਾਦਬ ਸਾਰੀਆਂ ਗੌਰਮੈਂਟ ਡਿਪਾਰਟਮੈਂਟ ਜਿੰਨੇ ਵੀ ਸੀ, ਪਾਰਲੀਮੈਂਟ, ਹੋਰ ਕਿੰਨੇ ਡਿਪਾਰਟਮੈਂਟ ਸੀ, ਉਹ ਸਾਰੇ ਮਿਲਟਰੀ ਦੇ ਘੇਰ ਲਏ, ਅਤੇ ਕਿਸੇ ਨੂੰ ਆਉਣ ਜਾਣਾ ਬੰਦ ਕਰਤਾ। ਸੋ ਜਦੋਂ ਈਡੀ ਅਮੀਨ ਪਾਵਰ ਵਿੱਚ ਆਇਆ, ਤੁਸੀਂ ਉੱਥੇ ਸੇਫ ਸੀਗੇ? ਜਦੋਂ ਈਡੀ ਅਮੀਨ ਪਾਵਰ ਦੇ ਵਿੱਚ ਆਇਆ, ਅਤੇ ਉਸ ਵੇਲੇ ਜਿਹੜੇ ਲੋਕ ਸੀਗੇ, ਕਿਉਂਕਿ ਨਵੀਂ ਗੌਰਮੈਂਟ ਬਣੀ ਆ ਅਮੀਨ ਦੀ, ਉਹਨੇ ਕਿਹਾ ਉਹਨਾਂ ਚੰਗੀ ਹੋਊਗੀ, ਅਤੇ ਉਹਦੀ ਬੱਲੇ ਬੱਲੇ ਹੋਣ ਲੱਗ ਪਈ। ਸਾਨੂੰ ਤਾਂ ਜਿੱਦਾਂ ਅਸੀਂ ਪਹਿਲਾਂ ਸੀ ਉੱਦਾਂ ਹੀ ਰਹੇ ਹਾਂ ਉਸ ਵੇਲੇ। ਉਹ ਜਦੋਂ ਪਾਵਰ ਦੇ ਵਿੱਚ ਆ ਗਿਆ, ਅਤੇ ਉਹ ਕਈ ਚੀਜ਼ਾਂ ਸੋਚੀਆਂ ਵੀ ਇੱਥੇ ਜਿਹੜੀਆਂ ਮਿਲਟਰੀ ਆ ਉਹ ਬਹੁਤ ਖਿਲਰੀ ਹੋਈ ਆ, ਅੱਜ ਕੋਈ ਕਿਤੇ ਰਹਿੰਦੇ ਆ, ਕੋਈ ਕਿਤੇ ਨਾ, ਉਹਨੇ ਇਕੱਠੇ ਕਰਨ ਨੂੰ ਤਕਰੀਬਨ 17 ਜਗ੍ਹਾ ਸਿਲੈਕਟ ਕਰ ਲਈਆਂ,
ਛਾਉਣੀਆਂ ਵਾਂਗ ਕਵਰ ਕਰ ਲਈਆਂ ਅਤੇ ਉਹਦੀਆਂ ਕਵਰ ਕਰਕੇ ਅਤੇ ਉੱਥੇ ਫਿਰ ਉਹਨਾਂ ਨੇ ਰੱਖਿਆ। ਜਦੋਂ ਅਮੀਨ ਨੇ ਟੇਕ ਓਵਰ ਕੀਤਾ ਸੀ ਉਹ ਫਿਰ ਬਣ ਗਿਆ ਡਿਕਟੇਟਰ ਬਣ ਗਿਆ। ਉਹਦਾ ਰਾਜ ਸੀਗਾ ਸਾਰਾ, ਸਭ ਕੁਛ ਉਹਦਾ ਹੀ ਸੀ, ਜਿੱਦਾਂ ਉਹ ਕਹਿੰਦਾ ਸੀ ਉੱਦਾਂ ਹੀ ਹੁੰਦੀ ਸੀ। 71 'ਚ ਉਹਨੂੰ ਟੇਕ ਓਵਰ ਕੀਤਾ ਸੀਗਾ ਜਨਵਰੀ ਦੇ ਵਿੱਚ, ਉਸ ਤੋਂ ਬਾਅਦ 72 ਦੇ ਵਿੱਚ ਉਹਨੂੰ ਫਿਰ ਜਿਹੜੇ ਆਪਣੇ ਬੰਦੇ ਬਹੁਤ ਫੜ ਲਏ ਅਜੇ ਜਿਹੜੇ ਉਹਦੇ ਅਗੇਂਸਟ ਹੁੰਦੇ ਸੀ ਉਹਨੂੰ ਫੜ ਕੇ ਅੰਦਰ ਦਿੰਦਾ ਸੀ, ਮਾਰੇ ਵੀ ਬਹੁਤ ਬਹੁਤ ਜ਼ਿਆਦਾ ਵੀ ਮਾਰਿਆ। ਅਤੇ ਫਿਰ ਹੁਣ ਜਿਹੜੀ ਸੈਂਸਸ ਸੀ ਏਸ਼ੀਅਨ ਦੀ ਸੈਂਸਸ, ਅਤੇ ਸੈਂਸਸ ਜਦੋਂ ਕੀਤੀ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਵੀ ਏਸ਼ੀਅਨ ਕਿੰਨੇ ਆ, ਨਿਆਣੇ ਕਿੰਨੇ ਆ, ਤੀਵੀਆਂ ਕਿੰਨੀਆਂ, ਆਦਮੀ ਕਿੰਨੇ ਆ, ਸਾਰੀ ਸੈਂਸਸ ਸਿਰਫ ਏਸ਼ੀਅਨ ਦੀ ਹੋਈ ਸੀ। ਉਸ ਤੋਂ ਪਹਿਲਾਂ ਉਹ ਪਹਿਲਾਂ ਲੀਬੀਆ ਗਿਆ ਸੀ, ਲੀਬੀਆ ਤੋਂ ਕਾਰਨ ਗਡਾਫੀ ਸੀਗਾ ਉਸ ਵੇਲੇ ਦਾ, ਉੱਥੇ ਉਹਨੂੰ ਵੀ ਟੇਕ ਓਵਰ ਕੀਤਾ ਸੀ ਸਾਲ ਕੁ ਪਹਿਲਾਂ, ਅਤੇ ਉਹਦੇ ਨਾਲ ਗੱਲਬਾਤ ਕਰਕੇ ਉੱਥੇ ਉਹਨੂੰ ਪਲੈਨ ਬਣਾਇਆ ਵੀ ਏਸ਼ੀਅਨ ਨੂੰ ਮੈਂ ਕਿੱਦਾਂ ਕੱਢਣਾ। ਉੱਥੇ ਉਹ ਤੋਂ ਬਾਅਦ ਮਰਦਮਸ਼ੁਮਾਰੀ ਹੋ ਗਈ, ਸੈਂਸਸ ਹੋ ਗਈ, ਸੈਂਸਸ ਵਿੱਚ ਉਹਨੂੰ ਪਤਾ ਲੱਗਿਆ ਕਿੰਨੇ ਕੁ ਬੰਦੇ ਆ, ਕਿੰਨੇ ਕਿਆਂ ਦੇ ਬਿਜ਼ਨਸ ਆ। ਉਸ ਤੋਂ ਬਾਅਦ ਫਿਰ 6 ਅਗਸਤ 1972 ਨੂੰ ਉਹਨੂੰ ਡਿਕਲੇਅਰ ਕਰਤਾ ਰੇਡੀਓ 'ਤੇ ਆਪਣੀ ਪਾਰਲੀਮੈਂਟ 'ਚ, ਜਿਹੜੇ ਬ੍ਰਿਟਿਸ਼ ਸਿਟੀਜ਼ਨ ਆ ਉਹ ਸਾਰੇ 3 ਮਹੀਨਿਆਂ ਦੇ ਵਿੱਚ ਇੱਥੋਂ ਚਲੇ ਜਾਣਗੇ, ਅਤੇ ਜੇ ਨਾ ਜਾਣਗੇ ਤਾਂ ਉਹਨਾਂ ਨੂੰ ਕੈਂਪ ਹੁਣ ਪ੍ਰਪੋਜ਼ ਕਰ ਲਏ ਨੌਰਥ ਜੁਗੰਡੇ ਸਾਈਡ, ਅਤੇ ਉੱਥੇ ਉਹਨੂੰ ਮੈਂ ਅਸੀਂ ਲੈ ਜਾਣਾ। ਅਤੇ ਉਹ ਫਿਰ ਜਦੋਂ ਨਿਊਜ਼ ਆਈ BBC 'ਤੇ ਆਈ, ਆਲ ਇੰਡੀਆ ਰੇਡੀਓ 'ਤੇ ਆਈ, ਅਤੇ ਸਾਰੀ ਜਗ੍ਹਾ ਫੈਲ ਗਈ, ਅਤੇ ਫਿਰ ਬ੍ਰਿਟਿਸ਼ ਗੌਰਮੈਂਟ ਨੇ ਵੀ ਇੱਥੇ ਇਹਨਾਂ ਨੂੰ ਵੀ ਪਤਾ ਲੱਗ ਗਿਆ, ਇਹਨਾਂ ਨੇ ਫਿਰ 5-6 ਬੰਦੇ ਤਕਰੀਬਨ ਅਗਸਤ ਦੇ ਮੈਡਲ ਜਾਏ ਅਤੇ ਉੱਥੇ ਭੇਜੇ। ਇੱਕ ਜੋ ਮਿਨਿਸਟਰ ਸੀ MP ਸੀਗੇ ਅਤੇ ਅਮੀਨ ਦੇ ਨਾਲ ਪਏ ਗੱਲਬਾਤ ਕਰੋ, ਲੇਕਿਨ ਉਸ ਉਹਨ ਕੋਈ ਗੱਲਬਾਤ ਨਹੀਂ ਉਹਨਾਂ ਨਾਲ ਕੀਤੀ, ਕੋਈ ਉਹਨਾਂ ਨੂੰ ਗੱਲ ਨਹੀਂ ਕੀਤੀ। ਉਹ ਕਹਿੰਦਾ ਇਹਨਾਂ ਜਾਣਾ ਜਾਣਾ, ਅਤੇ ਉਹਨਾਂ ਨੂੰ ਮਿਲਿਆ ਵੀ ਨਹੀਂ, ਉਹ ਖੁਦ ਚਲੇ ਗਿਆ ਦੂਏ ਪਾਸੇ। ਬ੍ਰਿਟਿਸ਼ ਦੇ ਜਿਹੜੇ ਗਏ ਸੀ ਬੰਦੇ 4-5 ਉਹ ਵਾਪਸ ਆ ਕੇ ਇੱਥੇ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਮਿਸਟਰ ਹੀਥ ਸੀਗਾ ਕੰਜ਼ਰਵੇਟਿਵ ਦਾ, ਉਹਨੂੰ ਦੱਸ ਦਿੱਤਾ ਵੀ ਆਹ ਸਿਚੁਏਸ਼ਨ ਆ, ਉਹ ਜਿਹੜੇ ਆਦਮੀ ਆ 30,000 ਏਸ਼ੀਅਨ ਆ ਉੱਥੇ ਬ੍ਰਿਟਿਸ਼ ਸਿਟੀਜ਼ਨ, ਉਹ 30,000 ਏਸ਼ੀਅਨ ਤੁਹਾਨੂੰ ਲੈਣਾ ਪੈਣਾ। ਪਾਰਲੀਮੈਂਟ 'ਚ ਸੈਸ਼ਨ ਹੋਏ 3-4 ਦਿਨ ਬਹਿਸ ਹੋਈ, ਲੇਬਰ ਪਾਰਟੀ ਜਿਹੜੀ ਸੀਗੀ ਉਸ ਵੇਲੇ ਬਿਲਸਨ ਸੀਗਾ ਪੋਜੀਸ਼ਨ ਦਾ, ਉਹਨੂੰ ਕਿਹਾ ਵੀ ਅਸੀਂ 30,000 ਇਕੱਠੇ ਨਹੀਂ ਲੈ ਸਕਦੇ। ਅਤੇ ਉਹ ਫਿਰ 3 ਦਿਨ ਬਹਿਸ ਤੋਂ ਬਾਅਦ, ਕਿਉਂਕਿ ਗੌਰਮੈਂਟ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਸੀ ਉਹ ਪਾਵਰ 'ਚ ਸੀਗੀ, ਉਹਨਾਂ ਨੇ ਫਿਰ ਅਖੀਰ 'ਚ ਡਿਸਾਈਡ ਕਰ ਲਿਆ, ਵੋਟਿੰਗ ਹੋ ਕੇ ਡਿਸਾਈਡ ਕਰ ਲਿਆ ਕਿ ਇਹ ਅਸੀਂ ਲੈਣੇ ਆ, ਕਿਉਂਕਿ ਸਾਡੇ ਸਿਟੀਜ਼ਨ ਆ, ਜਾਂ ਕੋਈ ਬ੍ਰਿਟਿਸ਼ ਪਾਸਪੋਰਟ ਆ। ਅੱਛਾ, ਉਸੇ ਦੌਰਾਨ ਦੇ ਵਿੱਚ ਇੰਡੀਆ ਨੇ ਵੀਜ਼ਾ ਲਾ ਦਿੱਤਾ ਸੀ, ਬ੍ਰਿਟਿਸ਼ ਦਾ ਵੀਜ਼ਾ ਨਹੀਂ ਲੱਗਦਾ ਇੰਗਲੈਂਡ ਦਾ, ਉਹਦੇ ਇੰਡੀਅਨ ਦਾ ਵੀਜ਼ਾ ਨਹੀਂ ਲੱਗਣਾ। ਉਸ ਵੇਲੇ ਖਲਧਲ ਮੱਚ ਗਏ ਵੀ ਕਿੱਥੇ ਨੂੰ ਜਾਈਏ, ਹਾਲੇ ਉਹਨਾਂ ਨੇ ਵੀ ਕੁਛ ਨਹੀਂ ਕੀਤਾ, ਬ੍ਰਿਟਿਸ਼ ਨੇ ਇੰਡੀਆ ਨੇ ਵੀਜ਼ਾ ਲਾ ਦਿੱਤਾ, ਅਤੇ ਫਿਰ ਬ੍ਰਿਟਿਸ਼ ਗੌਰਮੈਂਟ ਨੇ ਜਾ ਕੇ ਤਕਰੀਬਨ 1 ਸਪਟੰਬਰ ਉੱਥੋਂ 100 ਆਦਮੀ ਇੱਥੋਂ ਭੇਜਿਆ, ਮਸ਼ੀਨਾਂ ਦੇ ਇਹਨਾਂ ਦੇ ਪਾਸਪੋਰਟਾਂ 'ਤੇ ਸਟੈਂਪਾਂ ਲਾਓ ਅਤੇ ਇਹਨਾਂ ਨੂੰ ਚੱਕੋ। ਅਤੇ ਉਹ ਤਕਰੀਬਨ 1 ਮਹੀਨਾ ਲੱਗ ਗਿਆ ਸਟੈਂਪਾਂ ਲੱਗਣ, ਕਿਉਂ 30,000 ਬੰਦਾ, 1,000 ਦੇ ਉਹ ਸਟੈਂਪ ਲੱਗਦੀ ਸੀ, ਉਹ ਸਟੈਂਪਾਂ ਲੱਗ ਗਈਆਂ। ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ 'ਚ ਤਾਂ ਸਟੈਂਪਾਂ ਲੱਗ ਗਈਆਂ, ਆਉਣ ਨੂੰ ਸ਼ੁਰੂ ਹੋ ਗਏ ਹਵਾਈ ਜਹਾਜ਼ਾਂ 'ਚ। ਹਜੇ ਉਹਨਾਂ ਨੇ 1 ਆਦਮੀ ਦਾ ਟਿਕਟ ਤਕਰੀਬਨ 2,000 ਸ਼ਿਲਿੰਗ ਜਾਣੀ £100 ਰੱਖ ਦਿੱਤਾ, ਅਤੇ ਚਾਹੇ ਨਿਆਣਾ ਤਾਂ ਚਾਹੇ ਵੱਡਾ, ਅਤੇ ਉਹ ਟਿਕਟ ਲੈ ਕੇ ਫਿਰ ਵਿਦਨ 7 ਡੇਜ਼ ਉਹਨੂੰ ਜਾਣਾ ਪੈਂਦਾ ਸੀ, ਇੰਗਲੈਂਡ ਨੂੰ ਆਉਣਾ ਪੈਂਦਾ ਸੀ। ਉਹਦੇ ਵਿੱਚ ਤਕਰੀਬਨ 1,000-1,500 ਆਦਮੀ ਜਿਹਦੇ ਕੋਲ ਪਾਸਪੋਰਟ ਕੋਈ ਨਹੀਂ ਸੀਗਾ, ਥੋੜ੍ਹੇ ਆਦਮੀ ਸੀ ਜਿਹਨਾਂ ਕੋਲ ਯੁਗੰਡਾ ਸਿਟੀਜ਼ਨ ਸੀ, ਜਿਹਨਾਂ ਕੋਲ ਕੋਈ ਪਾਸਪੋਰਟ ਨਹੀਂ ਸੀ, ਉਹਨਾਂ ਨੂੰ ਜਿਹੜੀ ਯੂਨਾਈਟਡ ਨੇਸ਼ਨ ਨੇ ਚੱਕਿਆ ਉਹ ਅਮੈਰੀਕਾ ਲੈ ਗਏ, ਕੁਛ ਨੂੰ ਨਾਰਵੇ, ਸਵੀਡਨ, ਆਸਟ੍ਰੇਲੀਆ। ਹਾਂ, ਜਿਹਨਾਂ ਕੋਲ ਜੁਗੰਡੇ ਦੀ ਸਿਟੀਜ਼ਨ ਸੀਗੀ ਉਹਨਾਂ ਦੇ ਵਿੱਚੋਂ ਵੀ ਕਈ ਆਦਮੀਆਂ ਨੇ ਕਿਹਾ ਵੀ ਸਾਡੇ ਕੋਲ ਕੋਈ ਥੋੜ੍ਹੇ ਜਿਹਾ ਨੇ ਪਾਸਪੋਰਟ ਵੀ ਪਾੜੇ ਆ, ਥੋੜ੍ਹੇ ਜਿਹਾ ਰਹਿ ਗਏ ਉੱਥੇ, ਅਤੇ ਉਹ ਪਾੜ ਕੇ ਪਈ ਵੀ ਸਾਡੇ ਕੋਲ ਤਾਂ ਕੋਈ ਹੈ ਹੀ ਨਹੀਂ। ਉਹ ਫਿਰ ਸਾਰੇ ਚੱਕੇ ਆ ਯੂਨਾਈਟਡ ਨੇਸ਼ਨ ਵਾਲਿਆਂ ਨੇ। ਹਾਂਜੀ, ਅਮੈਰੀਕਾ 'ਤੇ 2,000 ਬੰਦਾ ਗਿਆ, 100-200 ਆਸਟ੍ਰੇਲੀਆ 'ਚ ਗਿਆ, ਸਵੀਡਨ 'ਚ ਗਿਆ, 200-300 ਇੱਥੇ ਗਏ। ਪਰ ਉਹਦਾ ਡ੍ਰੀਮ ਸੀ ਵੀ ਇਹਨਾਂ ਨੂੰ ਕੱਢ ਦੇਣਾ, ਹੁਣ ਫਿਰ ਦੂਏ ਦਿਨ ਇਹ ਸਟਾਰਟ ਕਰ ਦਿੱਤਾ। ਤੁਹਾਡੇ ਖਿਆਲ ਵਿੱਚ ਈਡੀ ਅਮੀਨ ਸ਼ੇਰ ਨੂੰ ਕਿਉਂ ਨਹੀਂ ਸੀ ਉੱਥੇ ਰੱਖਣਾ ਚਾਹੁੰਦਾ, ਕਿਉਂ ਕੱਢਣਾ ਚਾਹੁੰਦਾ ਸੀ? ਐਕਚੁਲੀ ਕੀ ਹੋਇਆ ਵੀ ਬ੍ਰਿਟਿਸ਼ ਗੌਰਮੈਂਟ ਤੋਂ ਉਹਨਾਂ ਏਡ ਮੰਗੀ ਸੀਗੀ ਤਕਰੀਬਨ ਅਬਾਊਟ 500 ਮਿਲੀਅਨ ਜਾਂ ਉਸ ਵੇਲੇ ਦੇ ਟਾਈਮ ਦੇ ਵਿੱਚ, ਵੀ ਮੈਂ ਛਾਉਣੀਆਂ ਬਣਾਉਣੀਆਂ ਇਹਦੇ ਲਈ ਮੈਨੂੰ ਪੈਸੇ ਚਾਹੀਦੇ। ਲੇਕਿਨ ਬ੍ਰਿਟਿਸ਼ ਗੌਰਮੈਂਟ ਨੇ ਉਹ ਏਡ ਉਹਨਾਂ ਨੂੰ ਉਹਨੂੰ ਨਹੀਂ ਦਿੱਤੀ, ਕਿਉਂਕਿ ਉਹ ਮਿਲਟਰੀ ਵਾਸਤੇ ਏਡ ਨਹੀਂ ਸੀ ਦਿੰਦੇ, ਕੋਈ ਪ੍ਰੋਜੈਕਟ ਹੋਰ ਹੁੰਦੇ ਉਹਦੇ ਲਈ ਉਹ ਦੇ ਦਿੰਦੇ, ਇਹਨਾਂ ਨੇ ਬਿਲਕੁਲ ਨਾ ਕਰ ਦਿੱਤੀ। ਉਹ ਨਾ ਦੇ ਨਾਲ ਹੀ ਹੁਣ ਉਸ ਵੇਲੇ ਕਹਿ ਦਿੱਤਾ ਵੀ ਇਹਨਾਂ ਮੈਂ ਤੁਹਾਡੇ ਬ੍ਰਿਟਿਸ਼ ਸਿਟੀਜ਼ਨ ਜਿਹੜੇ ਆ ਉਹ ਕੱਢ ਦੇਣੇ ਆ, ਔਰ ਐਲਾਨ ਵੀ ਦੂਏ 30 ਦਿਨ ਕਰ ਦਿੱਤਾ।
ਹਾਂਜੀ ਇੰਡੀਅਨ ਪਾਸਪੋਰਟ ਸੀਗੇ ਜਿਨ੍ਹਾਂ ਕੋਲ, ਉਹਨਾਂ ਨੂੰ ਇੰਡੀਆ ਨੂੰ ਜਾਣਾ ਪੈ ਗਿਆ ਹਾਂਜੀ, ਉਹਨਾਂ 'ਤੇ ਵੀਜ਼ੇ ਇੰਡੀਆ ਦੀ ਲੋੜ ਨਹੀਂ ਸੀ, ਅਤੇ ਉਹ ਫਿਰ ਟ੍ਰੇਨਾਂ ਦੇ ਵਿੱਚ ਬੈਠ ਕੇ ਮੁੰਬਾਸੇ ਨੂੰ ਚਲੇ ਗਏ, ਅਤੇ ਪੁਲਿਸ ਨਾਲ ਜਾਂਦੀ ਸੀਗੀ ਤਾਂ ਕਿ ਇਹ ਰਾਹ 'ਚ ਨਹੀਂ ਉਤਰ ਸਕਦੇ, ਕੈਨੀਆ 'ਚ ਨਹੀਂ ਉਤਰ ਸਕਦੇ, ਜਾ ਕੇ ਮੁੰਬਾਸੇ ਉਹ ਹਾਰਬਰ ਦੇ ਕੋਲ ਜਾ ਕੇ ਉੱਥੇ ਸਟੇਸ਼ਨ ਸੀਗਾ ਅਤੇ ਉੱਥੇ ਜਾ ਕੇ ਉਤਾਰਦੇ ਸੀ। ਅਤੇ ਮੈਂ ਤਾਂ ਇਹ ਵੀ ਸੁਣਿਆ ਕਿ ਯੁਗੈਂਡਾ ਵਿੱਚ 80% ਜਿਹੜੀਆਂ ਬਿਜ਼ਨਸ ਸੀਗੀਆਂ ਉਹ ਸਾਰੀਆਂ ਏਸ਼ੀਅਨ ਦੇ ਸਿਰਾਂ 'ਤੇ ਚੱਲਦੀਆਂ ਸੀ। ਹਾਂਜੀ ਬਾਅਦ 'ਚ ਪਿਆ ਘਾਟਾ, ਮੁਲਕ ਅੱਧਾ ਤਬਾਹ ਹੋ ਗਿਆ ਕਿਉਂਕਿ ਏਸ਼ੀਅਨ ਦੇ ਬਿਜ਼ਨਸ ਉੱਥੇ ਹੈਗਾ, ਸਭ ਕੁਛ ਹੈਗਾ, ਲੇਕਿਨ ਜਿਹੜੀ ਟੈਕਨੋਲੋਜੀ ਸੀ ਜਾਂ ਲੋਕਾਂ ਦੀ ਕਾਰਾਗਰੀ ਸੀ ਉਹ ਤਾਂ ਸਾਡੇ ਨਾਲ ਹੀ ਇੱਥੇ ਆ ਗਈ ਆ, ਉਹਨਾਂ ਕੋਲ ਬੰਦਿਆਂ ਕੋਲ ਉਹ ਐਡਾ ਵੱਡਾ ਕੰਮ ਨਹੀਂ ਸੀ ਕਰਦੇ, ਥੋੜ੍ਹਾ ਕਰਦੇ ਸੀ ਉਹ, ਅਸੀਂ ਉਹਨਾਂ ਤੋਂ ਕਰਾਉਂਦੇ ਸੀਗੇ, ਘਾਟਾ ਤਾਂ ਪੈਣਾ ਹੀ ਸੀਗਾ। ਫਿਰ ਇੱਥੇ ਜਦੋਂ ਆਉਣਾ ਸੀ ਅਤੇ ਉੱਥੇ ਦੇ ਜਿਹੜੇ ਪੇਪਰਾਂ 'ਚ ਨਿਊਜ਼ ਆਉਣ ਲੱਗ ਪਈ, ਰੋਜ਼ ਹੀ ਆਉਂਦੀ ਸੀ, ਇੱਕ ਪੇਪਰ ਜਿਹੜਾ ਜੁਗੰਡੇ ਦਾ ਸੀ ਜੁਗੰਡਾ ਅਗਸ, ਉਸ ਵੀ ਆਉਂਦੀ ਸੀ ਪਈ, ਲੈਸਟਰ ਸਿਟੀ ਕੌਂਸਲ ਨੇ ਉੱਥੇ ਪਾਇਆ ਐਡਵਰਟਾਈਜ਼ ਪਈ, ਇੱਥੇ ਨਾ ਲੈਸਟਰ ਨਾ ਆਇਓ, ਲੈਸਟਰ ਸਕੂਲ ਹੈ ਨਹੀਂ, ਲੈਸਟਰ ਡਾਕਟਰ ਹੈ ਨਹੀਂ, ਲੈਸਟਰ ਮਕਾਨ ਹੈ ਨਹੀਂ, ਤੁਹਾਨੂੰ ਕੁਛ ਨਹੀਂ ਮਿਲਣਾ, ਇਸ ਕਰਕੇ ਲੈਸਟਰ ਨਾ ਕੋਈ ਆਇਆ, ਕਿਉਂਕਿ ਗੁਜਰਾਤੀ ਜ਼ਿਆਦਾ ਜਿਹੜੇ ਸੀਗੇ, ਜਿਹ 'ਚ 30,000 ਦੇ ਵਿੱਚੋਂ ਗੁਜਰਾਤੀ ਤਕਰੀਬਨ 24,000 ਗੁਜਰਾਤੀ ਸੀ, 6,000 ਸਿੱਖ ਸੀਗੇ, 1,000 ਤਕਰੀਬਨ ਮੁਸਲਮਾਨ ਹੋਊਗੇ, ਅਤੇ ਉਹ ਸਾਰੇ ਫਿਰ ਉਹ ਸੋਚਦੇ ਸੀ ਵੀ ਹੁਣ ਕਿੱਥੇ ਜਾਈਏ, ਕਿਹੜੇ ਸ਼ਹਿਰ 'ਚ ਜਾਈਏ, ਉਹ ਫਿਰ ਜਦੋਂ ਗੁਜਰਾਤੀ ਤਾਂ ਉੱਥੇ ਹੀ ਜਾਣਾ ਚਾਹੁੰਦੇ ਸੀ ਲੈਸਟਰ, ਉੱਥੇ ਸੀਗੇ ਅਤੇ ਉਹ ਐਡਵਰਟਾਈਜ਼ 1-2 ਮਹੀਨੇ ਆਉਂਦਾ ਰਿਹਾ ਵੀ ਇੱਥੇ ਨਾ ਆਇਓ, ਅਤੇ ਉਹ 2 ਸਾਲ ਹੋਇਆ ਲੈਸਟਰ ਸਿਟੀ ਕੌਂਸਲ ਨੇ ਉਸ ਐਡਵਰਟਾਈਜ਼ਮੈਂਟ ਦੀ ਪਬਲਿਕ ਤੋਂ, ਜਿਹੜੀ ਏਸ਼ੀਅਨ ਪਬਲਿਕ ਸੀ, 2 ਸਾਲ ਹੋਏ ਆ ਜਦੋਂ ਜਦੋਂ ਸਾਨੂੰ 40 ਸਾਲ ਹੋਏ ਸੀਗੇ ਉਸ ਵੇਲੇ ਮਾਫ਼ੀ ਮੰਗੀ ਆ ਵੀ ਉਹ ਅਸੀਂ ਗਲਤੀ ਕੀਤੀ। ਪਰ ਇੱਥੇ ਬ੍ਰਿਟਿਸ਼ ਗੌਰਮੈਂਟ ਨੇ ਜਦੋਂ ਜਿੱਦਾਂ ਜਾਂ ਆਈ ਗਏ ਇੱਥੇ ਏਅਰਪੋਰਟਾਂ 'ਤੇ ਉਹਨਾਂ ਦੇ ਆਦਮੀ ਬੈਠੇ ਸੀ ਜੁਗੰਡਾ ਸੈਟਲਮੈਂਟ ਬੋਰਡ 'ਤੇ। ਸੋ ਜਦੋਂ ਤੁਸੀਂ ਫਿਰ ਉੱਥੋਂ ਏਅਰਪੋਰਟ ਤੋਂ ਚੜ੍ਹਨ ਤੋਂ ਪਹਿਲਾਂ ਕਿੰਨੇ ਕੁ ਪੈਸੇ ਤੁਸੀਂ ਲਿਆ ਸਕਦੇ ਸੀ? ਜੁਗੰਡਾ ਗੌਰਮੈਂਟ ਨੇ ਸਾਨੂੰ ਸਿਰਫ ਅਲਾਓ ਕੀਤਾ £50 ਇੱਕ ਫੈਮਲੀ ਨੂੰ, £50 ਦੇ ਉਹ ਡਰਾਫਟ ਜਿਹਾ ਮਿਲਿਆ, ਸਾਡੀਆਂ ਬੈਂਕਾਂ ਤੋਂ ਪੈਸੇ ਦਿੱਤੇ, ਉਹ ਬਣਾ ਲਿਆ, ਉਹਨੇ ਮੋਹਰ ਲਾਤੀ, ਗੱਲ ਖਤਮ। ਅਤੇ ਸਮਾਨ ਤੁਸੀਂ ਕਿੰਨਾ ਕੁ ਲਿਆ ਸਕਦੇ? ਸਮਾਨ ਜਿੰਨਾ ਹੁਣ ਐਟ ਪ੍ਰੈਜ਼ੈਂਟ 20 ਕਿਲੋ ਇੰਨਾ ਕੁ ਸੀਗਾ ਸਮਾਨ, ਸਮਾਨ ਵੀ ਕੁਛ ਕਿਉਂਕਿ ਉਹ ਤੋਂ ਸੂਟਕੇਸ ਨਹੀਂ ਮਿਲ ਰਿਹਾ ਸੀ, ਜਦੋਂ ਸੂਟਕੇਸ ਉੱਥੋਂ ਲਏ ਅਸੀਂ ਉਹ ਗੱਤੇ ਦੇ ਸੀਗੇ, ਅਤੇ ਗੱਤੇ ਦੇ ਜਿੰਨੇ ਕੁ ਬਣਦੇ ਸੀ ਉਹ ਜਾਂ 300-400 ਉਹ ਸਾਰਾ ਵਿਕੀ ਜਾਂਦਾ ਸੀ, ਹਲਾ ਮਚੀ ਸੀਗੀ ਵੀ ਉਹ ਲਿਆਉਣਾ, ਹਜੇ ਕੁਛ ਸਮਝ ਨਹੀਂ ਪੈ ਰਹੀ ਸੀ ਕਈ ਫੈਂ ਕੀ ਹੋਣਾ ਕੀ ਨਹੀਂ ਹੋਣਾ। ਅਸੀਂ ਜਦੋਂ ਗਏ ਹਾਂ ਸਾਡਾ ਤਾਂ ਸਮਾਨ ਉਹ ਬੱਸਾਂ ਦੇ ਉੱਤੇ ਰੱਖਿਆ ਹੋਇਆ ਸੀ, ਉਹ ਭਿੱਜ ਗਿਆ, ਉਹ ਭਾਰਾ ਵੀ ਹੋ ਗਿਆ, ਇੱਥੇ ਆ ਕੇ ਉਹ ਸੂਟ ਕੇ ਟੁੱਟ ਗਏ ਹੀਥੋ ਏਅਰਪੋਰਟ 'ਤੇ, ਮੈਂ ਉੱਤਰਿਆ ਸੀ ਅਤੇ ਉਹ ਫਿਰ ਸਾਨੂੰ ਸੱਦ ਕੇ ਉਹਨਾਂ ਨੇ ਸਾਨੂੰ ਰੱਸੀਆਂ ਜਿਹੀਆਂ ਦਿੱਤੀਆਂ, ਉਹਨਾਂ ਬੰਨੇ ਵੀ ਆ। ਜਦੋਂ ਤੁਸੀਂ ਫਿਰ ਹੀਥਰੋ ਪਹੁੰਚੇ ਕਿੱਥੇ ਗਏ? ਅਸੀਂ ਹੀਥਰੋ ਜਦੋਂ ਪਹੁੰਚੇ ਅਤੇ ਉਹ ਸਾਨੂੰ ਉਹਨਾਂ ਕੋਚਾਂ ਉਹਨੀ ਕੀਤੀਆਂ ਆਇਆ ਸੀ, ਉੱਥੇ ਏਅਰਪੋਰਟ 'ਤੇ ਅਸੀਂ ਆ ਗਏ ਹਾਂ, ਉਹਨਾਂ ਨੇ ਸਾਡਾ ਸਮਾਨ ਰੱਖਿਆ, ਉਹਨਾਂ ਨੇ ਕਿਹਾ ਵੀ ਹੁਣ ਉੱਤੇ ਇੱਥੇ ਬਹਿ ਜਾਓ, ਉੱਥੋਂ ਫਿਰ ਸਾਨੂੰ ਲੈ ਕੇ ਨਿਊਬਰੀ ਕੈਂਪ ਉਹਨੇ ਵੱਡਾ ਸੀ ਲਾਇਆ, ਰੈਡਿੰਗ ਤੋਂ ਬਾਅਦ ਨਿਊਬਰੀ ਆਉਂਦਾ ਬੇਸ ਸੀਗਾ ਮਿਲਟਰੀ ਦਾ, ਹਜੇ RAF ਦਾ ਬੇਸ ਸੀ, ਉਹ ਖਾਲੀ ਕਰਾਇਆ ਸੀ, ਉੱਥੇ ਸਾਨੂੰ ਲੈ ਕੇ ਗਏ ਆ, ਸਮਾਨ ਉਹ ਲਾਉਂਦੇ ਸੀ ਕਿਉਂਕਿ ਅਸੀਂ ਉੱਥੇ ਆਪ ਕੰਮ ਨਹੀਂ ਸੀ ਕਰਦੇ, ਕੋਈ ਵੀ ਪਾਣੀ ਦਾ ਗਲਾਸ ਵੀ ਨਹੀਂ ਲੋ ਨਿਆਣੇ ਪੀਂਦੇ ਸੀ, ਅਤੇ ਉਹ ਇੱਥੇ ਆ ਕੇ ਤਾਂ ਫਿਰ ਉਹ ਚੇਂਜ ਸੀਗੀ ਸਾਰੀ, ਅਤੇ ਸਮਾਨ ਵੀ ਅਸੀਂ ਨਹੀਂ ਸੀ ਚੱਕਦੇ ਕਿਉਂਕਿ ਲੇਬਰ ਦਾ ਕੰਮ ਨਹੀਂ ਸੀ ਕਰਦੇ, ਫਿਰ ਇੱਥੇ ਸਮਾਨ ਉਹਨਾਂ ਨੇ ਸਾਡੇ ਚੱਕ ਕੇ ਰੱਖੇ, ਉਹਨੀ ਲਾਏ ਆ ਸਾਡੇ, ਫਿਰ ਉੱਥੇ ਅਸੀਂ ਨਿਊਬਰੀ ਮੈਂ ਉੱਥੇ ਉਤਰਿਆ ਸੀ। ਫਿਰ ਜਦੋਂ ਤੁਸੀਂ ਉਹ ਕੈਂਪ ਵਿੱਚ ਗਏ ਹਾਂ ਤੁਹਾਨੂੰ ਕਿੱਦਾਂ ਦੀਆਂ ਸਹੂਲਤਾਂ ਮਿਲੀਆਂ? ਇੱਥੇ ਦੀ ਸਰਕਾਰ ਵੱਲੋਂ ਤਾਂ ਪਹਿਲਾਂ ਬਹੁਤ ਸਹੂਲਤਾਂ ਮਿਲੀਆਂ, ਆਉਂਦਿਆਂ ਸਾਨੂੰ ਜਦੋਂ ਅਸੀਂ ਉਤਰੇ ਹਾਂ, ਮੁੰਡਾ ਮੇਰਾ ਛੋਟਾ ਬਿਮਾਰ ਵੀ ਹੋ ਗਿਆ, ਉਹਦੇ ਦੁੱਧ ਲਿਆਏ, ਸਾਨੂੰ ਕੌਫੀ ਪਿਲਾਈ, ਉੱਥੇ ਜਾ ਕੇ ਆਰਾਮ 5-7 ਮਿੰਟ ਬੈਠੋ, ਫਿਰ ਮੋਹਰਾਂ ਤਾਂ ਲੱਗ ਗਈਆਂ ਸੀ ਸਾਡੇ, ਉੱਥੇ ਲਿਜਾ ਕੇ ਉਹਨਾਂ ਨੇ ਸਮਾਨ ਰੱਖਿਆ, ਫਿਰ ਸਾਡੇ ਚਾਹ ਪਾਣੀ ਦਾ ਵੀ ਇੰਤਜ਼ਾਮ ਸੀਗਾ, ਕੋਈ 1800 ਬੰਦਾ ਉਸ ਵੇਲੇ ਆਲਰੇਡੀ ਉੱਥੇ ਸੀਗਾ ਜਦੋਂ ਅਸੀਂ ਗਏ, ਮੰਜੇ ਸੀਗੇ ਸਾਨੂੰ, ਅਸੀਂ 5 ਜਣੇ ਸੀ, 7 ਬੈਡਰੂਮ ਦਾ ਸੀ ਉਹ, ਵਿੱਚ ਪਾਰਟੀਸ਼ਨ ਪਾਇਆ ਸੀ ਉਹਦੇ, ਕਿਉਂ ਬੈਗਾਂ ਵੱਡੀਆਂ ਸੀਆਂ, ਵੱਡੇ ਸੀਗੇ ਹੋਲ ਵਾਂਗ, ਉਹ ਪਰਦੇ ਜੇ ਲਾਤੇ। ਸੋ ਉੱਥੇ ਤੁਸੀਂ ਇਹ ਕੈਂਪ ਦੇ ਵਿੱਚ ਕਿੰਨੀ ਕੁ ਦੇਰ ਰਹੇ? ਫਿਰ ਉੱਥੇ ਮੈਂ ਰਾਤ ਰਹੇ ਹਾਂ, ਅਤੇ ਜਦੋਂ ਅਸੀਂ ਗਏ ਹਾਂ ਅਤੇ ਫਿਰ ਮੇਰਾ ਭਰਾ ਐਕਚੁਲੀ ਇੱਥੇ ਸੀਗਾ, ਹੇਜ ਸੀਗਾ, ਉਹ ਟੋਲਦਾ ਸੀਗਾ ਵੀ ਉਹਨੂੰ ਲੱਭ ਰਹੇ ਨੇ ਅਸੀਂ,
ਨਹੀਂ ਉਹ ਸਟੈਂਡ ਸੈਟ ਚਲੇ ਗਿਆ, ਉੱਥੇ ਨਹੀਂ ਲੱਭੇ। ਅਸੀਂ ਫਿਰ ਜਦੋਂ ਇੱਥੋਂ ਉੱਤੇ ਸੀ ਤਾਂ ਅਸੀਂ ਉਹਦੇ ਘਰ ਟੈਲੀਫੋਨ ਕੀਤਾ ਸੀ, ਫਿਰ ਸਾਨੂੰ ਇਹ ਲੈ ਕੇ ਚੱਲੇ ਆ ਨਿਊ ਬਰੀ। ਹਾਂਜੀ, ਉਹ ਮੇਰੀ ਭਜਾਜ ਨੇ ਕਿਹਾ ਵੀ ਉਹ ਤਾਂ ਤੁਹਾਨੂੰ ਟੋਲਣ ਸਟੈਂਡ ਸੈਟ ਗਿਆ, ਅਤੇ ਉਹ ਸਟੈਂਡ ਸੈਟ ਤੋਂ ਜਦੋਂ ਆਊਗਾ ਤਾਂ ਫਿਰ ਦੇਖਦੇ ਹਾਂ। ਉਹ ਫਿਰ ਸਵੇਰ ਨੂੰ ਕੋਈ 8-10-9 ਵਜੇ ਆਇਆ, ਫਿਰ ਉਹ ਉੱਥੇ ਸਾਨੂੰ ਲੈਣ ਆਇਆ। ਚਲੋ, ਤੁਹਾਡਾ ਤਾਂ ਇੱਥੇ ਭਰਾ ਸੀਗਾ, ਸੋ ਤੁਸੀਂ ਉਹ ਕੈਂਪ ਤੋਂ ਬਾਹਰ ਆ ਗਏ, ਜਿਨ੍ਹਾਂ ਦਾ ਕੋਈ ਇੱਥੇ ਨਹੀਂ ਰਹਿੰਦਾ ਸੀ। ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕਿੰਨੀ ਦੇਰ ਫਿਰ ਉਹ ਕੈਂਪਾਂ ਦੇ ਵਿੱਚ ਰਹੇ? ਉਹ ਕੈਂਪਾਂ 'ਚ ਕਾਫੀ ਦੇਰ ਰਹੇ ਆ, ਮਹੀਨਾ ਵੀ ਰਹੇ ਆ, 2-2 ਮਹੀਨੇ ਵੀ ਰਹੇ ਆ। ਅਤੇ ਉਹ ਉਹਨਾਂ ਨੂੰ ਫਿਰ ਹੌਲੀ ਹੌਲੀ ਕੌਂਸਲਾਂ ਦੇ ਮਕਾਨ, ਕੈਂਟ, ਕਿਸੇ ਨੂੰ ਗਲਾਸਗੋ ਲੈ ਗਏ, ਕਈਆਂ ਨੂੰ ਲੀਡ, ਬੈਡਫੋਰਡ, ਬਰਮਿੰਘਮ, ਜਿੱਥੇ ਜਿੱਥੇ ਖਾਲੀ ਮਕਾਨ ਸੀ ਕੌਂਸਲ ਦੇ, ਅਤੇ ਕੌਂਸਲਾਂ ਨੇ 10-10, 15-15 ਫੈਮਲੀਆਂ ਸੱਦ ਲਈਆਂ। ਵਾਟਫੋਰਡ ਗਏ ਆ, ਹਾਂਜੀ, ਰੈਡਿੰਗ ਵੀ ਆਏ ਆ, ਅਤੇ ਸਲੋਅ ਵੀ 1-2 ਆਏ ਆ, ਅਤੇ ਉਹ ਫਿਰ ਸਾਰੇ ਇੱਦਾਂ ਉਹ ਕੌਂਸਲਾਂ ਦੇ ਮਕਾਨ ਉਹਨਾਂ ਨੂੰ ਮਿਲ ਗਏ, ਉਹ ਫਿਰ ਉੱਥੇ ਚਲੇ ਗਏ। ਅਫਰੀਕਾ ਤੋਂ ਜਿਹੜੇ ਪੰਜਾਬੀ ਆਉਂਦੇ ਆ ਉਹ ਕਾਫੀ ਰੋਹਬ ਸ਼ੋਭ ਨਾਲ ਰਹਿੰਦੇ, ਕਿਉਂਕਿ ਅਫਰੀਕਾ ਦੇ ਵਿੱਚ ਜਾਂ ਕੀਨੀਆ ਵਿੱਚ ਜਾਂ ਯੂਗੈਂਡਾ ਵਿੱਚ ਤੁਹਾਡੇ ਘਰ ਬਹੁਤ ਨੌਕਰ ਹੁੰਦੇ ਸੀ, ਕੋਈ ਡਰਾਈਵਰ ਹੁੰਦਾ ਸੀ, ਕੋਈ ਸਫਾਈ ਕਰਨ ਨੂੰ ਹੁੰਦੇ ਸੀ, ਕੋਈ ਕੁਕਿੰਗ ਕਰਨ ਨੂੰ ਹੁੰਦਾ ਸੀ, ਪਰ ਇੱਥੇ ਤਾਂ ਆਪੇ ਹੀ ਸਾਰਾ ਕੰਮ ਕਰਨਾ ਪੈਂਦਾ ਸੀ। ਫਿਰ ਇੱਥੇ ਤੁਹਾਡਾ ਕਿੱਦਾਂ ਦਿਲ ਲੱਗਾ? ਇੱਥੇ ਪਹਿਲਾਂ ਤਾਂ ਦਿਲ ਨਹੀਂ ਲੱਗਾ, ਕਿਉਂਕਿ ਮਹੀਨਾ ਪਾ ਤਾਂ ਇੱਦਾਂ ਹੀ ਅਸੀਂ ਫਿਰਦੇ ਰਹੇ ਹਾਂ। ਅਜੇ ਮੇਰੇ ਭਰਾ ਕੋਲ ਵੀ ਮਕਾਨ ਨਹੀਂ ਸੀ, ਉਹਦੇ ਕੋਲ ਵੀ ਕਮਰਾ ਸੀ, ਮੇਰਾ ਛੋਟਾ ਭਰਾ, ਵੱਡਾ ਭਰਾ ਉਹ ਮੇਰੇ ਤੋਂ ਛੋਟਾ ਸੀ, ਉਹ ਬੁਲਵਰਹੈਂਪਟਨ ਲੈ ਗਿਆ, ਉੱਥੇ ਵੀ ਰਹੇ ਹਾਂ ਮਹੀਨਾ ਕੁ, ਨਿਆਣੇ ਪੜ੍ਹਨੇ ਪਾਤੇ, ਫਿਰ ਵਾਪਸ ਮੈਂ ਉੱਥੇ ਵੀ ਦਿਲ ਨਹੀਂ ਸੀ ਲੱਗਦਾ, ਮੀਂਹ ਪੈਂਦੇ ਸੀ ਉਸ ਵੇਲੇ, ਠੰਡ ਹੋ ਸ਼ੁਰੂ ਹੋ ਗਈ, 7 ਅਕਤੂਬਰ ਨੂੰ ਅਸੀਂ ਇੱਥੇ ਆਏ ਸੀਗੇ। ਫਿਰ ਕਿੱਦਾਂ ਤੁਸੀਂ ਹੌਲੀ ਹੌਲੀ ਆਪਣਾ ਕੰਮ ਕਾਰ ਸ਼ੁਰੂ ਕੀਤਾ? ਸੈਟਲ ਇੱਥੇ ਆ ਕੇ ਜਦੋਂ ਮੈਂ ਏਜ ਆ ਗਿਆ, ਏਜ ਅਸੀਂ ਹਲਿੰਗਟਨ ਅਸੀਂ ਇੱਕ ਕਿਰਾਏ 'ਤੇ ਮਕਾਨ ਲੈ ਲਿਆ, ਕਿਰਾਏ 'ਤੇ ਮਕਾਨ ਲੈ ਕੇ ਤਾਂ ਮੈਂ ਇੱਥੇ ਰਜਿਸਟਰ ਹੋ ਗਿਆ ਅਨਇੰਪਲਾਇਮੈਂਟ, ਉੱਥੋਂ ਮੈਨੂੰ 12 ਪਾਉਂਡ ਮਿਲਦੇ ਸੀ, ਅਤੇ 16 ਪਾਉਂਡ ਉਹਦਾ ਕਿਰਾਇਆ ਸੀ ਮੇਰੇ ਹਿੱਸੇ ਆਉਂਦਾ, ਅਤੇ ਉਹ ਗੁਜ਼ਾਰਾ ਬੜਾ ਨਹੀਂ ਹੋਇਆ ਚੰਗੀ ਤਰ੍ਹਾਂ। ਫਿਰ ਮੈਂ ਟਰਾਈ ਕੀਤੀ, ਮੈਂ ਕਿਹਾ ਵੀ ਉਹ ਕੰਮ ਕੁੰਮ, ਦਸੰਬਰ ਦਾ ਮਹੀਨਾ ਸੀ ਫਿਰ ਜਦੋਂ ਉੱਥੋਂ ਬੁਲਵਰਹੈਂਪਟਨ ਤੋਂ ਆਇਆ ਹਲਿੰਗਟਨ, ਅਤੇ ਉੱਥੇ ਮੈਂ ਗਿਆ, ਕਰਾਊਨ ਕੋਕ ਕੰਪਨੀ ਬੜੀ ਸੀਗੀ, ਤਕਰੀਬਨ 500 ਬੰਦਾ ਕੰਮ ਕਰਦਾ ਸੀ, ਦਿਨ ਰਾਤ ਚੱਲਦੀ ਸੀ, ਐਰੋਸੋਲ ਕੈਨ ਬਣਾਉਂਦੇ ਸੀ, ਫਿਰ ਅਸੀਂ ਬੀਅਰ ਦੇ ਉੱਥੇ ਕੈਨ ਬਣਦੇ ਸੀ। ਉਹ ਮੈਨੂੰ ਟੈਸਟ ਇੱਕ ਦੇ ਦਿੱਤਾ, ਇੰਗਲਿਸ਼ ਦਾ ਸੀ, ਮੈਥ ਦਾ ਸੀ ਥੋੜ੍ਹਾ ਜਿਹਾ, ਉਹ ਮੈਂ ਜੀ ਟੈਸਟ ਦੇ ਦਿੱਤਾ, ਲਿਖ ਕੇ ਕਰਤਾ, 10-15 ਮਿੰਟ ਦਾ ਸੀ, ਅਤੇ ਉਹ ਕਰਤਾ, ਉਹ ਕਹਿੰਦੇ ਤੂੰ ਜਨਵਰੀ 'ਚ ਤੂੰ 7 ਤਰੀਕ ਨੂੰ ਆ ਜਾਣਾ। ਫਿਰ ਮੈਂ ਕੰਮ 'ਤੇ ਉੱਥੇ ਲੱਗ ਗਿਆ, ਉਹ ਇਸੇ ਕੰਪਨੀ 'ਚ ਮੈਂ 20 ਸਾਲ ਕੰਮ ਕੀਤਾ। ਤੁਸੀਂ 2 ਵਾਰ ਬੇਕਾਰ ਹੋਏ, ਇੱਕ ਵਾਰ ਜਦੋਂ 1947 ਵਿੱਚ ਪੰਜਾਬ ਵੰਡਿਆ ਉਦੋਂ ਹੋਏ, ਅਤੇ ਦੂਸਰੀ ਵਾਰ ਫਿਰ ਤੁਸੀਂ ਯੂਗੈਂਡਾ ਸਾਰਾ ਘਰ ਬਾਰ ਛੱਡ ਕੇ ਤੁਹਾਨੂੰ ਆਉਣਾ ਪਿਆ। ਕੀ ਤੁਹਾਨੂੰ ਲੱਗਦਾ ਹੈ ਕਿ ਹਾਲਾਤ ਕਦੇ ਵੀ ਬਦਲ ਸਕਦੇ ਆ, ਮਜ਼ਬੂਤੀ ਕਿਤੇ ਵੀ ਹੈ ਨਹੀਂ? ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ, ਹਜੇ ਹਾਲਾਤ ਬਦਲ ਸਕਦੇ ਆ, ਪਰ ਹੁਣ ਇੱਥੇ ਹੁਣ ਬ੍ਰਿਟਿਸ਼ ਸਿਟੀਜ਼ਨ ਅਸੀਂ ਹੈਗੇ ਹਾਂ, ਹੁਣ 1955 ਦਾ ਮੈਂ ਬ੍ਰਿਟਿਸ਼ ਸਿਟੀਜ਼ਨ ਹਾਂ, ਕਿੰਨੇ ਸਾਲ ਹੋ ਗਏ, ਫਿਰ ਹੁਣ ਤਾਂ ਅਸੀਂ ਜਿੱਥੇ ਦੇ ਸਿਟੀਜ਼ਨ ਉੱਥੇ ਰਹਿ ਸਕਦੇ ਹਾਂ, ਇੱਥੇ ਹੁਣ ਇਸ ਤਰ੍ਹਾਂ ਰਵਾਂਗੇ। ਸਰਦਾਰ ਰਿਆਤ ਜੀ, ਆਪ ਬਹੁਤ ਸ਼ੁਕਰੀਆ, ਤੁਸੀਂ ਆਪਣੀਆਂ ਮੁਸ਼ਕਲਾਂ ਹਾਲਾਤਾਂ ਬਾਰੇ ਦੱਸ ਕੇ ਗਏ ਆ, ਪਹਿਲਾਂ 1947 ਦੇ ਵੰਡ ਬਾਰੇ ਦੱਸਿਆ, ਹੁਣ ਤੁਸੀਂ ਜਦੋਂ ਯੂਗੈਂਡਾ ਤੋਂ ਇੰਗਲੈਂਡ ਆਏ ਆ ਉਹਦੇ ਬਾਰੇ ਦੱਸਿਆ। ਥੈਂਕ ਯੂ ਵੈਰੀ ਮੱਚ ਜੀ। ਮੈਂ ਤੁਹਾਡਾ ਕਸ਼ਮੀਰ ਜੀ ਧੰਨਵਾਦ ਕਰਦਾ, ਬਾਕੀ ਪ੍ਰੈਜ਼ੈਂਟਰਾਂ ਦਾ, ਅਤੇ ਨਾਲੇ ਅਮਰਜੀਤ ਜੀ ਦਾ ਬੜਾ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੈਨੂੰ ਮੌਕਾ ਮਿਲਿਆ। ਦੇਸੀ ਰੇਡੀਓ ਦਾ ਧੰਨਵਾਦ, ਅਤੇ ਮੇਰੇ ਵੱਲੋਂ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਚੜ੍ਹਦੀਆਂ ਕਲਾ 'ਚ ਦੇਸੀ ਰੇਡੀਓ ਦਾ ਵੇ